ਜਿੱਥੇ ਇੱਕ ਪਾਸੇ ਐਸਸੀ ਐਸਟੀ ਐਕਟ ਦੇ ਬਦਲਾਅ ਨੂੰ ਲੈ ਕੇ ਐਸਸੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ 2 ਅਪ੍ਰੈਲ ਨੂੰ ਭਾਰਤ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ, ਪਰ ਦੂਸਰੇ ਪਾਸੇ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਵੀ 2 ਅਪ੍ਰੈਲ ਨੂੰ ਹੀ ਭਾਰਤ ਆ ਰਹੀਆਂ ਹਨ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰ ਵਿੱਚ ਸੋਗ ਦੀ ਲਹਿਰ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਨੂੰ ਝੂਠੇ ਭਰੋਸੇ ਵਿੱਚ ਰੱਖਿਆ ਹੈ ਅਤੇ ਉਹਨਾਂ ਨੇ ਸਰਕਾਰ ਖਿਲਾਫ ਅਤੇ ਸੁਸ਼ਮਾ ਸਵਰਾਜ ਪ੍ਰਤੀ ਨਿਰਾਸ਼ਾ ਦਿਖਾਈ। ਹੋਰ ਕੀ ਕਿਹਾ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੇ, ਆਓ ਸੁਣਦੇ ਹਾਂ। ਮਤਲਬ ਹਮਾਰੇ ਪਾਪਾ ਕੋ ISR ਆਰ ਨੇ ਕਿਡਨੈਪ ਕਰ ਲਿਆ ਥਾ, ਉਸਕੇ ਬਾਅਦ ਹਮਾਰਾ ਮਤਲਬ ਫੋਨ ਵੀ ਆਤਾ ਥਾ, ਪਰ 2014 ਕੇ ਬਾਅਦ ਉਨਕਾ ਕੋਈ ਹਮਸੇ ਕੰਟੈਕਟ ਨਹੀਂ ਹੋਆ। ਫਿਰ ਉਸਕੇ ਬਾਅਦ ਮਤਲਬ ਹਮ ਸੁਸ਼ਮਾ ਸਵਰਾਜ ਸੇ ਮਿਲੇ ਵੀ ਥੇ, ਪਰ ਵੋ ਯਹੀ ਕਹਿ ਰਹੇ ਥੇ ਕਿ ਆਪਕੇ ਜੋ 39 ਸਵਾਰਤੀ ਹੈ ਹਮ ਉਨਕੋ ਸਹੀ ਸਲਾਮਤ ਲੈ ਕਰ ਆਏਂਗੇ। ਪਰ ਅਬ 8-9 ਦਿਨ ਹੋ ਗਏ ਸਰ, ਮੈਡਮ ਯਹੀ ਕਹਿ ਰਹੀ ਹੈ ਕਿ ਆਪਕੇ ਮਤਲਬ ਜੋ 39 ਸਵਾਰਤੀ ਥੇ ਉਨਕੀ ਮਤਲਬ ਲਾਸ਼ੇ ਮਿਲੀ ਹੈ ਜਾਂ ਉਹ ਕੰਗਾਲ ਮਿਲੇ ਆਉਣਗੇ, ਪਰ ਕੋਈ ਵਿਸ਼ਵਾਸ ਨਹੀਂ ਕਰ ਰਿਹਾ। ਸਭ ਇਹੀ ਕਹਿ ਰਹੇ ਹਾਂ ਕਿ ਮਤਲਬ ਪਹਿਲੇ ਤਾਂ ਮੈਡਮ ਇਹੀ ਕਹਿ ਰਹੀ ਸੀ ਕਿ ਆਪਕੇ ਸਭੀ 39 ਭਾਰਤੀ ਸਹੀ ਸਲਾਮਤ ਹੈ, ਉਹ ਕੰਮ ਕਰ ਰਹੇ ਹਾਂ, ਪਰ ਅਭੀ ਮੈਡਮ ਹਮੇਂ ਗੁੰਮਰਾਹ ਕਿਉਂ ਕਰ ਰਹੀ ਹੈ, ਹਮ ਤਾਂ ਸਰਕਾਰ ਸੇ ਹੀ ਕਹਿ ਰਹੇ ਹਾਂ ਬਸ। ਸਰ ਨਹੀਂ, ਪ੍ਰਸ਼ਾਸਕ ਦੀ ਔਰ ਸੇ ਹਮਾਰੇ ਪਾਸ ਕੋਈ ਨਹੀਂ ਆਇਆ ਹੈਗਾ, ਜੈਸੇ ਸਰਕਾਰ ਕਹਿ ਰਹੀ ਹੈ ਕਿ ਅਬ ਤਾਂ ਹਮੇਂ ਜਾਣਾ ਹੀ ਪੜੇਗਾ ਮਤਲਬ ਲੈਣੇ ਕੇ ਲੀਏ ਆਪਣੇ। ਨਹੀਂ ਪਹਿਲਾਂ ਉਹਨਾਂ ਨੇ ਜਿਸ ਟਾਈਮ ਪਹਿਲਾਂ ਰਿਸ਼ੀ ਸਾਹਿਬ ਆਪਣੇ ਘਰੇ ਆ ਜੀ, ਇਸ਼ਨੀਮ ਸਾਹਿਬ ਆ ਜੀ, ਕਹਿੰਦੇ ਵੀ ਤੁਸੀਂ ਫਿਕਰ ਨਾ ਕਰੋ, ਸਾਡੇ ਨਾਲ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ, ਪਾ ਠੀਕ ਆ ਜੀ, ਕਦੇ ਕਿਸੇ ਨੂੰ ਮਦਦ ਦੀ ਲੋੜ ਪਵੇ ਸਾਨੂੰ ਦੱਸਣਾ ਵੀ ਸਟੂਡੈਂਟ ਨਾਲ ਹੈਗੇ ਹਾਂ ਵੀ। ਹੁਣ ਸਾਨੂੰ ਕੋਈ ਨਹੀਂ ਇਹਨਾਂ ਦਾ ਆਇਆ ਜੀ, ਕੱਲ੍ਹ ਤੋਂ ਪਰਸੋਂ ਤੋਂ ਇੰਨਾ ਕੁਛ ਨਹੀਂ ਆਇਆ। ਬਸ ਸਰਕਾਰਾਂ ਨੂੰ ਚਾਹੁੰਦੇ ਚਾਹੁੰਦੇ ਹਾਂ ਵੀ ਜਲਦੀ ਆਪਦੀ ਸਾਡੇ, ਠੀਕ ਆ ਜੀ, ਜੋ ਵੀ ਹੈਗੇ 39 ਭਾਰਤੀ ਆ ਜੀ, ਉਹਨਾਂ ਦਾ ਸਰੀਰ ਸਾਨੂੰ ਸੌਂਪੇ ਜਾਣ ਜੀ, ਅਤੇ ਜੋ ਕੋਈ ਬਣਦੀ ਮਦਦ ਦਿੱਤੀ ਹੈ ਪਰਿਵਾਰ ਨੂੰ ਗੁਜ਼ਾਰਾ ਇਹਨਾਂ ਚੱਲ ਸਕੇ ਜੀ, ਬੜੇ ਮੁਸ਼ਕਿਲ ਨਾਲ 39 ਭਾਰਤੀ ਦੇਖ ਰਹੇ ਬੈਠੇ ਕਰੇ ਜੀ।